ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ YouTube ਚੈਨਲ ਡਾਕਟਰ ਮਨਪ੍ਰੀਤ ਸਿੰਘ ਤੇ ਆਪ ਸਾਰਿਆਂ ਦਾ ਸਵਾਗਤ ਹੈ। ਜਿਸ ਤਰ੍ਹਾਂ ਆਪ ਸਾਰਿਆਂ ਨੇ ਪਿੱਛੇ ਚਾਰ ਕੜੀਆਂ ਦੇ ਵਿੱਚ ਸਬਰ ਦੀ ਅਵਸਥਾ ਨੂੰ ਬਾਣੀ ਦੇ ਵਿੱਚ ਜੋ ਸਤਿਗੁਰੂ ਜੀ ਨੇ ਬਿਆਨ ਕੀਤਾ ਹੋਇਆ ਉਹ ਸਰਵਣ ਕੀਤਾ ਹੈ ਔਰ ਆਪ ਸਾਰਿਆਂ ਨੇ ਬਹੁਤ ਪਿਆਰ ਦਿੱਤਾ। ਮੈਂ ਆਪ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਹੁਣ ਅਗਲੇ ਐਪੀਸੋਡ ਅਗਲੀ ਕੜੀ ਦੇ ਵਿੱਚ ਨਵੀਂ ਕੜੀ ਦੇ ਵਿੱਚ ਅਸੀਂ ਮਨ ਬਾਬਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜੋ ਜੋ ਫੁਰਮਾਨ ਜੋ ਜੋ ਉਪਦੇਸ਼ ਆਏ ਨੇ ਉਹਨੂੰ ਸਮਝਾਂਗੇ ਕਿ ਮਨ ਕੀ ਹੈ, ਮਨ ਨੂੰ ਕਾਬੂ ਕਿਵੇਂ ਕੀਤਾ ਜਾਏ, ਮਨ ਕਿਸ ਤਰ੍ਹਾਂ ਦੀ ਤਾਕਤ ਹੈ, ਇਹ ਮਨ ਸ਼ਕਤੀ, ਇਹ ਮਨ ਸੀਊ, ਇਹ ਮਨ ਪੰਜ ਤੱਤ ਕੋ ਜੀਊ, ਇਹ ਇਸ ਰੂਪ ਦੇ ਵਿੱਚ ਇਹ ਮਨ ਲੈ ਜੋ ਉਨਮੁਨ ਰਹੇ ਤਾਂ ਤੀਨ ਲੋਕ ਕੀ ਬਾਤੇ ਕਹੇ, ਇਹ ਤੀਨ ਲੋਕ ਕੀ ਬਾਤੇ ਕਿਸ ਤਰ੍ਹਾਂ ਮਨ ਕਹਿ ਸਕਦਾ ਹੈ। ਜਾਂ ਇਸ ਮਨ ਬਾਬਤ ਇਹ ਵੀ ਵਿਚਾਰ ਹੈ ਕਿ ਸਾਕਤ ਲੋਭੀ ਇਹ ਮਨ ਮੂੜਾ, ਮਨ ਨੂੰ ਮੂੜਾ ਵੀ ਆਖਿਆ ਗਿਆ, ਜਿੱਥੇ ਮਨ ਨੂੰ ਬਾਹਰ ਦੇ ਦਿਖਦੇ ਪਸਾਰਿਆਂ ਦੇ ਮੈਟਾਫੋਰਸ ਦਿੱਤੇ ਗਏ ਨੇ ਕਿ ਮਨ ਦੇ ਉੱਤੇ ਕਿਸ ਕਿਸ ਤਰ੍ਹਾਂ ਦੇ ਵਿਕਾਰ ਹਾਵੀ ਹੁੰਦੇ ਆ। ਮਨ ਇਕੱਲਾ ਮਨੁੱਖੀ ਜਾਮੇ ਦੇ ਵਿੱਚ ਮਨੁੱਖਤਾਈ ਦੇ ਕਾਰਜ ਨਹੀਂ ਕਰਦਾ, ਮਨ ਮਨੁੱਖੀ ਜਾਮੇ ਦੇ ਵਿੱਚ 84 ਲੱਖ ਜੂਨਾਂ ਭੋਗਦਾ। ਮਨ ਨੂੰ ਹਾਥੀ ਵੀ ਆਖਿਆ ਗਿਆ, ਕਾਲਬੂਤ ਕੀ ਹਸਤਨੀ, ਮਨ ਨੂੰ ਊਂਠ ਆਖਿਆ ਗਿਆ, ਸਿੰਧੀ ਦੇ ਵਿੱਚ ਊਂਠ ਨੂੰ ਕਰਹਲੇ ਕਹਿੰਦੇ ਆ, ਕਰਹਲੇ ਮਨ ਆਖਿਆ ਗਿਆ, ਮਾਰਵਾੜ ਜੈਸੇ ਨੀਰ ਬਾਲਹਾ। ਮਨ ਨੂੰ ਜਿੱਥੇ ਹਾਥੀ ਆਖਿਆ ਗਿਆ, ਮਨ ਨੂੰ ਕਰਹਲੇ ਊਂਠ ਆਖਿਆ ਗਿਆ, ਮਨ ਨੂੰ ਮੈਡਕ ਆਖਿਆ ਗਿਆ, ਐਬ ਤਨ ਚੀਕੜੋ ਇਹ ਮਨ ਮੀਡਕੋ, ਮਨ ਨੂੰ ਉੱਥੇ ਮਾਖੀ ਆਖਿਆ ਗਿਆ, ਮਾਖੀ ਰਾਮ ਕੀ ਤੂੰ ਮਾਖੀ। ਮਨ ਨੂੰ ਉਸ ਰੂਪ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਮੈਟਾਫੋਰਸ, ਜਿਸ ਤਰ੍ਹਾਂ ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਇਹ ਸਾਰਿਆਂ ਨੂੰ ਮਨ ਦੇ ਨਾਲ ਸੰਬੋਧਿਤ ਕੀਤਾ ਗਿਆ ਕਿ ਮਨ ਦੇ ਕਿਹੜੇ ਕਿਹੜੇ ਡਾਇਮੈਂਸ਼ਨਸ, ਕਿਹੜੇ ਕਿਹੜੇ ਐਸਪੈਕਟ ਹੈ। ਅਤੇ ਮਨ ਨੂੰ ਇਹ ਵੀ ਆਖਿਆ ਗਿਆ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ, ਮਨ ਜਗ ਕਿਵੇਂ ਜਿੱਤਿਆ ਜਾ ਸਕਦਾ, ਕਿ ਮਨ ਨੂੰ ਜਿੱਤਣ ਦੇ ਨਾਲ ਜਗ ਫਤਿਹ ਕੀਤੀ ਜਾ ਸਕਦੀ ਹੈ। ਜਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਸ ਰੂਪ ਦੇ ਵਿੱਚ ਕਿ ਇਹ ਜਿਹੜਾ ਇਨਸਾਨੀ ਜਾਮੇ ਦਾ ਮਨ ਹੈ ਇਹਦਾ ਵੀ ਇਹ ਜ਼ਿਕਰ ਕੀਤਾ ਹੈ। ਅਵਰ ਜੋਨ ਤੇਰੀ ਪਨੇਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਕਿ ਸਾਰੀਆਂ ਜੋਨਾਂ ਇਸ ਮਨ ਦੀ ਤਾਕਤ ਦੇ ਥੱਲੇ ਪਾਣੀ ਭਰਦੀਆਂ ਨੇ, ਕਿ ਮਨ ਮਨੁੱਖੀ ਦੇਹੀ ਦੇ ਅੰਦਰ ਇੱਕ ਬਹੁਤ ਤਾਕਤਵਰ ਚੀਜ਼ ਹੈ। ਪਰ ਇਹ ਚੇਤਨ ਮਨ, ਅਵਚੇਤਨ ਮਨ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕੌਨਸ਼ੀਅਸ ਮਾਇੰਡ, ਸਬ ਕੌਨਸ਼ੀਅਸ ਮਾਇੰਡ ਅਤੇ ਅਨਕੌਨਸ਼ੀਅਸ ਮਾਇੰਡ ਆਖਦੇ ਹਾਂ, ਇਸ ਬਾਬਤ ਅਸੀਂ ਵਿਚਾਰ ਕਰਾਂਗੇ। ਔਰ ਮਨ ਜਦ ਸੁਪਨੇ ਵੇਖਦਾ, ਇੱਕ ਜਾਗਤ ਅਵਸਥਾ ਦੇ ਸੁਪਨੇ ਨੇ, ਇੱਕ ਸੁੱਤੀ ਅਵਸਥਾ ਦੇ ਵਿੱਚ ਸੁਪਨੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੱਥੇ ਅਸੀਂ ਮਨ ਬਾਬਤ, ਉੱਥੇ ਸਾਈਕੋਲੋਜੀਕਲ ਐਸਪੈਕਟ ਵੀ ਮਾਇੰਡ ਦਾ ਅਸੀਂ ਸਟੱਡੀ ਕਰਾਂਗੇ, ਆਪ ਸੰਗਤਾਂ ਨਾਲ ਸਾਂਝ ਪਾਵਾਂਗੇ। ਉੱਥੇ ਡ੍ਰੀਮਸ ਬਾਬਤ ਵੀ ਆਉਣ ਵਾਲੇ ਐਪੀਸੋਡ ਦੀ ਲਗਾਤਾਰ ਕੜੀਆਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਕਰਾਂਗੇ। ਆਸ ਆਪ ਜੀ ਨੂੰ ਇਹ ਉਪਰਾਲਾ ਚੰਗਾ ਲੱਗ ਰਿਹਾ ਹੋਏਗਾ। ਦਾਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, YouTube ਚੈਨਲ ਦਾ ਨਾਮ ਹੈ ਡਾਕਟਰ ਮਨਪ੍ਰੀਤ ਸਿੰਘ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।